ਪ੍ਰਾਣਾਯਾਮ ਤੋਂ ਜੋ ਸੰਕਲਪ ਬਲ ਦੀ ਬੜੋਤਰੀ ਹੁੰਦੀ ਹੈ ਉਹ ਮਨੁੱਖ ਦੇ ਸਥੂਲ ਹੀ ਨਹੀਂ ਸੂਖਮ ਸਰੀਰ ਨੂੰ ਵੀ ਸਮਰਥ ਬਣਾਉਂਦੀ ਹੈ। ਉਸ ਨਾਲ ਸੰਘਰਸ਼ ਤੋਂ ਲੜਨ ਦੀ ਸਮਰਥ ਮਿਲਦੀ ਹੈ। ਪੰਡਿਤ ਸ਼੍ਰੀ ਰਾਮ ਸ਼ਰਮਾ ਆਚਾਰਿਆ, ਪੁਸਤਕ ਦਾ ਨਾਂ ਪ੍ਰਾਣਾਯਾਮ ਤੋਂ ਆਦਿ ਵਿਆਧੀ ਨਿਵਾਰਨ। ਮਹਾਰਿਸ਼ੀ ਪਤੰਜਲੀ ਦੇ ਮੁਤਾਬਿਕ ਚਿੱਤ ਬ੍ਰਿਤੀਆਂ ਨੂੰ ਬਸ ਵਿੱਚ ਕਰਨਾ ਹੀ ਯੋਗ ਹੈ। ਇਸ ਲਈ ਮਨ ਦੀਆਂ ਗੈਰ ਜ਼ਰੂਰੀ ਆਦਤਾਂ 'ਤੇ ਬੰਨਣ ਲਾ ਕੇ ਹੀ ਯੋਗ ਸਾਧਨਾ ਨੂੰ ਸਫਲ ਬਣਾਇਆ ਜਾ ਸਕਦਾ ਹੈ। ਪ੍ਰਾਣਾਯਾਮ ਇੱਕ ਅਜਿਹੀ ਸਾਧਨਾ ਹੈ ਜੋ ਸਿੱਧੇ ਹੀ ਮਨ ਨੂੰ ਪ੍ਰਭਾਵਿਤ ਕਰਦੀ ਹੈ। ਸਾਹ ਦੀ ਗਤੀ ਵਿੱਚ ਪਰਿਵਰਤਨ ਰਾਹੀਂ ਮਨ ਸਥਿਤੀ ਨੂੰ ਬਦਲਿਆ ਜਾ ਸਕਦਾ ਹੈ। ਪ੍ਰਾਣਾਯਾਮ ਦਾ ਅਸਰ ਸਥੂਲ ਸੂਖਮ ਕਾਰਨ ਤਿੰਨਾਂ ਸਰੀਰਾਂ ਉੱਤੇ ਪੈਂਦਾ ਹੈ ਅਤੇ ਪਰਿਣਾਮ ਸਰੂਪ ਚੰਗੀ ਸਿਹਤ, ਮਾਨਸਿਕ ਸ਼ੋਧਨ ਅਤੇ ਸ੍ਰੇਸ਼ਟ ਵਿਚਾਰਾਂ ਦਾ ਪ੍ਰਗਟਾਵਾ ਹੁੰਦਾ ਹੈ। ਯੋਗ ਸਰੀਰਕ ਅਤੇ ਮਾਨਸਿਕ ਉਪਚਾਰ ਪੱਧਤੀ ਹੈ। ਪੇਸ਼ ਪੁਸਤਕ ਸੰਪੂਰਨ ਵਿਗਿਆਨਕ ਢੰਗ ਤੋਂ ਰੋਗਾਂ ਦੇ ਕਾਰਨਾਂ ਦਾ ਵਰਣਨ ਕਰਦੀ ਹੈ ਅਤੇ ਪ੍ਰਾਣਾਯਾਮ ਰਾਹੀਂ ਰੋਗਾਂ ਨੂੰ ਪੂਰੀ ਤਰ੍ਹਾਂ ਦੂਰ ਕਰਦੀ ਹੈ। ਪੁਸਤਕ ਦੇ ਸਦਵਾਕ, ਪ੍ਰਾਣਾਯਾਮ ਦੇ ਦੋ ਭਾਗ ਹਨ, ਇੱਕ ਪ੍ਰਾਣ ਅਤੇ ਦੂਜਾ ਆਯਾਮ। ਪ੍ਰਾਣ ਦਾ ਅਸਲੀ ਅਰਥ ਹੈ ਜੀਵਨ ਤੱਤ ਅਤੇ ਆਯਾਮ ਦਾ ਅਰਥ ਹੈ ਜੀਵਨ ਵਿਸਥਾਰ। ਪ੍ਰਾਣ ਤੱਤ ਨੂੰ ਸਮਝਣ, ਉਸ 'ਤੇ ਅਧਿਕਾਰ ਪ੍ਰਾਪਤ ਕਰਨ ਨਾਲ ਪ੍ਰਕਿਰਤੀ ਦੇ ਸਾਰੇ ਭੇਦਾਂ ਨੂੰ ਜਾਣਿਆ ਅਨੁਭਵ ਕੀਤਾ ਜਾ ਸਕਦਾ ਹੈ। ਪ੍ਰਾਣਾਯਾਮ ਵਿੱਚ ਸਾਹ ਲੈਣਾ, ਸਾਹ ਛੱਡਣ ਦੀ ਕਿਰਿਆ ਨੂੰ ਕ੍ਰਮਬੱਧ, ਤਾਲਬੱਧ, ਲੈਬੱਧ ਬਣਾਇਆ ਜਾ ਸਕਦਾ ਹੈ। ਪਰਿਸਥਿਤੀਆਂ ਦੇ ਨਾਲ ਚਿੰਤਨ ਦਾ ਤਾਲਮੇਲ ਨਾ ਬੈਠਣ ਦੇ ਕਾਰਨ ਅਣਗਿਣਤ ਲੋਕ ਮਾਨਸਿਕ ਰੋਗਾਂ ਦੇ ਸ਼ਿਕਾਰ ਹੁੰਦੇ ਹਨ। ਮਨੋਵਿਕਾਰਾਂ ਨੂੰ ਦੂਰ ਕਰਨ ਦੇ ਲਈ ਪ੍ਰਾਣਾਯਾਮ ਤੋਂ ਜ਼ਿਆਦਾ ਹੋਰ ਕੋਈ ਸ਼੍ਰੇਸ਼ਟ ਚਿਕਿਤਸਾ ਨਹੀਂ ਹੈ। ਮਸਤਕ ਦੇ ਕੇਂਦਰਾਂ ਦਾ ਜਾਗਰਣ ਪ੍ਰਾਣਾਯਾਮ ਤੋਂ ਹੀ ਹੁੰਦਾ ਹੈ ਅਤੇ ਇਸ ਤੋਂ ਹੀ ਮਨੋਵਿਕਾਰ ਦੂਰ ਹੁੰਦੇ ਹਨ। ਪੁਸਤਕ ਦੇ ਮੁੱਖ ਬਿੰਦੂ, ਪ੍ਰਾਣ ਸ਼ਕਤੀ ਤੋਂ ਸੰਕਲਪ ਬਲ ਦਾ ਵਾਧਾ, ਸੁੱਤੀ ਸ਼ਕਤੀ ਨੂੰ ਜਗਾਉਣਾ। ਪ੍ਰਾਣਾਯਾਮ ਮਨੋਬਲ ਨੂੰ ਵਧਾਉਣ ਦੀ ਇੱਕ ਸ਼੍ਰੇਸ਼ਟ ਉਪਚਾਰ ਪੱਧਤੀ। ਪ੍ਰਾਣਾਯਾਮ ਚਿਕਿਤਸਾ ਤੋਂ ਮਨੋਵਿਕਾਰਾਂ ਦਾ ਉਪਚਾਰ, ਪ੍ਰਾਣ ਯੋਗ ਸਾਧਨਾ ਦੇ ਅਧਿਆਤਮਿਕ ਪ੍ਰਯੋਗ। Thank you.